ਟੈਪ ਦੂਜਾ ਰਿਦਮ ਕਿੱਕ ਦਾ ਜਿਹੜੇ ਪਹਿਲਾਂ ਲਾਇਆ ਸੀ ਦੂਸਰਾ ਗੁੱਟ ਰਿਦਮ ਸ਼ਾ ਵਾਇਰਲ ਆ ਨਾਲ ਗਾਓਗੇ ਹਾਂ ਹਾਂ ਜੀਓ ਮੈਨੂੰ ਕਈ ਬੰਦੇ ਕਹਿੰਦੇ ਬਈ ਤੇਰੇ ਗੀਤ ਟੀਵੀ ਤੇ ਨਹੀਂ ਚੱਲਦੇ ਮੈਂ ਕਿਹਾ ਜਿਹੜੇ ਟੀਵੀ ਤੇ ਚੱਲਦੇ ਆ ਉਹ ਦਿਲ 'ਚ ਨਹੀਂ ਵੱਜਦੇ ਇਸ ਕਰਕੇ ਫੇਸਬੁੱਕ 'ਚ ਉਹਦਾ ਕੀ ਫਾਇਦਾ ਹੈ ਅੱਛਾ ਇੱਕ ਨਵਾਂ ਸ਼ੋਸ਼ਾ ਚੱਲਿਆ ਹੋਇਆ ਕਲਾਕਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਆਪਦੇ ਆਪ ਨੂੰ ਸੰਤੁਸ਼ਟ ਕਰਨਾ ਝੂਠ ਬੋਲ ਕੇ ਇੱਕ ਹਕੀਕਤ ਜਿਉਂਦੇ ਝੂਠ ਵਾਲੇ ਪਤਾ ਕਿਹੜੇ ਆ ਸਵੇਰੇ ਫੇਸਬੁੱਕ ਤੇ ਤਾੜੀ ਮਾਰ ਕੇ ਥੈਂਕ ਯੂ ਐਵਰੀਬਾਡੀ ਤੁਸੀਂ ਇਹਦਾ ਮਾਣ ਬਖਸ਼ਿਆ ਅੱਛਾ ਥੱਲੇ ਕਮੈਂਟ ਪੜਿਆ ਕਰੋ ਕੋਈ ਕਹਿੰਦਾ ਤੇਰੇ ਜੁੱਤੀ ਫਿਰਨੀ ਆ ਬੰਦਾ ਬਣ ਜਾ ਕਈਆਂ ਨੇ ਬੜੀਆਂ ਸੱਭਿਆਚਾਰਕ ਗਾਲਾਂ ਕੱਢੀਆਂ ਹੁੰਦੀਆਂ ਮੈਂ ਜ਼ਿਕਰ ਨਹੀਂ ਕਰ ਸਕਦਾ ਕਲਿੱਕਾਂ ਹੁੰਦੀਆਂ ਰਾਤੋਂ ਰਾਤ ਅੱਛਾ ਮਿਲੀਅਨ ਸਿੱਖ ਕੇ ਸਾਡੇ ਵਾਲੇ ਕਹਿਣਾ ਹੁਣ ਪਹਿਲਾਂ ਤਾਂ ਕਰੋੜ ਕਰੋੜ ਦਾ ਹੀ ਪਤਾ ਸੀ ਹੁਣ ਕਹਿੰਦੇ ਮਿਲੀਅਨ ਉਹ ਕਹਿੰਦੇ ਮਿਲੀਅਨ ਕਲਿੱਕਸ ਹੋ ਗਈਆਂ ਕਈਆਂ ਨੇ ਤਾਂ ਕਲਿੱਕਾਂ ਹੀ ਮੁਕਾ ਦੇਣੀਆਂ ਮੈਨੂੰ ਐਂ ਲੱਗਦਾ ਜੇ ਤੁਹਾਡੇ 'ਚ ਕੋਈ ਗਾਉਣ ਦਾ ਸ਼ੌਕੀਨ ਹੈ ਜੇ ਆਪਦੇ ਆਪ ਨੂੰ ਸੰਤੁਸ਼ਟ ਕਰਨਾ ਚਾਹੁੰਦਾ ਤਾਂ ਮੈਨੂੰ ਮਿਲ ਲਿਓ 25 ਪੈਸੇ ਦੇ ਹਿਸਾਬ ਨਾਲ 5 ਕਲਿੱਕਾਂ ਮਰਾ ਦੂੰਗਾ ਜਿੰਨੇ ਲੱਖ ਲਾਓਗੇ ਉਨੀਆਂ ਮਰਾ ਦਾਂਗੇ ਸੋ 400 ਕਮੈਂਟ ਹੁੰਦਾ ਥੱਲੇ ਗਾਲਾਂ ਵੀ ਹੁੰਦੀਆਂ ਅੱਛਾ ਹੁਣ ਪੰਜਾਬੀ ਗੀਤ ਦੀ ਜਿਹੜੇ ਪਿੱਛੇ ਕਲਿੱਕਾਂ ਵੱਜਦੀਆਂ ਪਤਾ ਕਿੱਥੋਂ ਤਜਾਕਿਸਤਾਨ ਤੋਂ ਤਜਾਕਿਸਤਾਨ ਤਾਂ ਦੂਰ ਆ ਭਾਈ ਚੀਨ ਸਾਤੋਂ ਮੇਰੇ ਪਿੰਡੋਂ  350 ਕਿਲੋਮੀਟਰ ਬਣਦਾ ਜੇ ਹਵਾ 'ਚ ਜਾਈਏ ਉੱਥੇ ਜੇ ਮੈਂ ਜਾਗਾਂ ਕਿ ਆ ਬੱਬੂ ਮਾਨ ਉਹਨਾਂ ਕਹਿਣਾ ਤੇਰੇ ਅੱਗੇ ਛੱਤੀ ਫਿਰਦੇ ਕੰਮ ਕਰ ਕੌਣ ਬੱਬੂ ਮਾਨ ਸੋ ਅਸੀਂ ਆਪਣੇ ਭਰਮ 'ਚ ਜਿਉਂਦੇ ਹਾਂ ਤੁਸੀਂ ਪੰਜਾਬੀ ਹੋ ਸੁਣਨ ਵਾਲਿਓ ਇਸ ਤਰ੍ਹਾਂ ਦੇ ਲੋਕਾਂ ਦਾ ਪਰਦਾ ਫਾਸ ਕਰਿਆ ਕਰੋ ਤੋ ਉਹਦੇ ਨਾਲ ਕੀ ਹੈ ਹਕੀਕਤ ਸਾਹਮਣੇ ਆਵੇ ਖਾਬਾਂ 'ਚ ਮੈਂ ਵੀ ਬਹੁਤ ਜਿਉਂਦਾ ਪਰ ਇਸ ਤਰ੍ਹਾਂ ਦੇ ਖਾਬ 'ਚ ਮੈਂ ਜਿਉਂਦਾ ਨਹੀਂ ਹਾਂਜੀ ਸ਼ੁਰੂ